ਤੁਸੀਂ ਆਪਣੀ ਜਰਨੀ ਮਿਸ ਪੀਟੀਸੀ ਦੇਨ ਅਮਰਿੰਦਰ ਗਿੱਲ ਨਾਲ ਸ਼ੁਰੂ ਕੀਤਾ, ਜੀ ਉਹ ਕਿਵੇਂ ਸਬਬ ਬਣਿਆ ਸੀ? ਜਦੋਂ ਮੈਂ ਮਿਸ ਪੀਟੀਸੀ ਪੰਜਾਬੀ ਦਾ ਖਿਤਾਬ ਜਿੱਤਿਆ, ਉਸ ਤੋਂ ਬਾਅਦ ਮੈਂ ਥੀਏਟਰ ਜੁਆਇਨ ਕੀਤਾ, ਮਾਸਟਰਸ ਇਨ ਥੀਏਟਰ ਫਰੋਮ ਪੰਜਾਬ ਯੂਨੀਵਰਸਿਟੀ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲੱਕੀਲੀ ਮਨਜੀ ਆਏ ਨਾਲ, ਮਨਮੋਹਨ ਸਿੰਘ ਜੀ ਦੇ ਰਣਬੀਰ, ਆਪਣਾ ਰਾਣਾ ਰਣਬੀਰ ਜੀ, ਉਹ ਆਏ, ਉਹ ਘੁੰਮ ਫਿਰ ਰਹੇ ਸੀ, ਉਹ ਥੀਏਟਰ ਉੱਤੇ ਕੋਈ ਫਿਲਮ ਬਣਾ ਰਹੀ ਸੀ। ਅਤੇ ਸਰ ਤੁਸੀਂ ਦੇਖੋ, ਮੈਂ ਨਾ ਉੱਥੇ ਗਈ ਹਾਂ, ਮੈਂ ਮਿਲ ਰਹੀ ਹਾਂ, ਸਤਿ ਸ਼੍ਰੀ ਅਕਾਲ ਕਿ ਮੈਂ ਚਲੀ ਗਈ ਉੱਥੋਂ, ਮੇਰਾ ਇਗਜ਼ਾਮ ਸੀ, ਮੈਂ ਪੜ੍ਹ ਰਹੀ ਹਾਂ, ਮੈਂ ਪੋਨੀ ਕੀਤੀ ਹੋਈ ਸੀ ਸਿਰ ਦੇ ਵਿੱਚ ਅਤੇ ਪੜ੍ਹ ਰਹੀ ਹਾਂ, ਅਤੇ ਮੈਨੂੰ ਇੰਨਾ ਡਰ ਲੱਗਿਆ, ਮੈਂ ਕਿਹਾ ਇਹ ਮਤਲਬ ਮੈਨੂੰ ਪਤਾ ਨਹੀਂ ਸੀ ਇੰਡਸਟਰੀ ਕੀ ਹੁੰਦੀ, ਮੈਂ ਸਿਰਫ ਥੀਏਟਰ ਕਰਨਾ ਸੀ, ਮੈਨੂੰ ਸ਼ੌਂਕ ਸੀਗਾ। ਸਰ ਨੇ ਨਾ ਇੱਦਾਂ ਦੇਖਦੇ, ਸਰ ਨੇ ਮੇਰੀ ਮੈਮ ਨੂੰ ਕਿਹਾ ਉਹ ਕੁੜੀ ਕੌਣ ਹੈ, ਐਂਡ ਮੈਂ ਹੈਰਾਨ ਹਾਂ ਕਿ ਸਰ ਨੇ ਮੈਨੂੰ ਇੱਦਾਂ ਹੀ ਚੂਜ਼ ਕਰਿਆ, ਇਹਨੂੰ ਆਡੀਸ਼ਨ 'ਤੇ ਭੇਜੋ। ਇਹਨੂੰ ਮੈਂ ਫੋਟੋ ਸ਼ੂਟ ਕਰਾਇਆ, ਫੋਟੋਜ਼ ਭੇਜੀ, ਆਡੀਸ਼ਨ ਦਿੱਤਾ, ਸਰ ਕਹਿੰਦੇ ਬੇਟਾ ਆਡੀਸ਼ਨ ਅੱਛਾ, ਤੁਸੀਂ ਆਓ ਮੀਟਿੰਗ ਕਰਨੀ ਹੈ, ਮੈਂ ਆਪਣੇ ਡੈਡੀ ਨਾਲ ਆਊਂਗੀ। ਸੋ ਆਈ ਵਾਜ਼ ਲਾਈਕ ਵਰੀਡ, ਹੈ ਨਾ, ਮੇਰੇ ਘਰੇ ਤਾਂ ਕੋਈ ਕਰਦਾ ਨਹੀਂ, ਆਪਾਂ ਤਾਂ ਸਿੰਪਲ, ਡੈਡੀ ਮੇਰੇ ਕਿਸਾਨ ਨੇ, ਬਾਕੀ ਮੈਡੀਕਲ ਫੀਲਡ 'ਚ ਨੇ ਮੇਰੇ ਤਾਏ, ਆਪਾਂ ਸਾਰੇ ਇੱਦਾਂ ਦੀ ਫੈਮਲੀਆਂ। ਅਤੇ ਉੱਥੋਂ ਫਿਰ ਸਬੱਬ ਬਣਿਆ, ਉਹਨਾਂ ਨੇ ਮੇਰਾ ਆਡੀਸ਼ਨ ਦੇਖਿਆ, ਫਿਰ ਮੇਰੇ ਡੈਡੀ ਆਏ ਅਤੇ ਡੈਡੀ ਨੂੰ ਦੱਸਿਆ ਕਿ ਤੁਹਾਡੀ ਬੇਟੀ ਨੂੰ ਅਸੀਂ ਫਿਲਮ 'ਚ ਲੈਣਾ। ਉਹ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਭੇਜਦੇ ਫਿਲਮਾਂ 'ਚ, ਨਾ ਨਾ ਨਾ, ਫਿਲਮਾਂ ਫੁਲਮਾਂ ਨਹੀਂ ਕਰਨੀਆਂ। ਉਹ ਫਿਰ ਉਹਨਾਂ ਨੇ ਸਮਝਾਇਆ ਕਿ ਇੰਡਸਟਰੀ ਦੇ ਵਿੱਚ ਮਤਲਬ ਇੱਦਾਂ ਕੰਮ ਹੁੰਦਾ, ਕੈਮਰੇ 'ਤੇ ਕੰਮ ਹੋਣਾ, ਆਹ ਸਾਰਾ ਕੰਮ ਹੋਣਾ, ਇਹ ਸਾਰੀ ਉਹਨਾਂ ਡਿਟੇਲਿੰਗ ਦਿੱਤੀ। ਫਿਰ ਮੇਰੇ ਨਾਲ ਰਹੇ ਮੇਰੇ ਡੈਡੀ ਥੋੜ੍ਹੇ ਦਿਨ, ਫਿਰ ਮੇਰੇ ਮੰਮੀ ਆ ਗਏ, ਫਿਰ ਮੇਰੇ ਭਰਾ ਵੀ, ਭੈਣ ਭਰਾ ਸਾਰੇ ਅਸੀਂ, ਤਾਂ ਮੈਨੂੰ ਤਾਂ ਐਂ ਸੀ ਜੇ ਮੈਂ ਪਿਕਨਿਕ 'ਤੇ ਆਈ ਹੋਈ। ਸੋ ਇਟ ਵਾਜ਼ ਇੱਦਾਂ ਸਬੱਬ ਬਣਿਆ। ਫਿਰ ਮੇਰੇ ਕੰਮ ਤੋਂ ਕੰਮ ਮਿਲਿਆ, ਗੇਲੋ ਮਿਲੀ, ਗੇਲੋ ਤੋਂ ਮੈਨੂੰ ਸਰਾਬਾ ਮਿਲੀ। ਸੋ ਸਰ ਨੇ ਵੀ ਮੇਰਾ ਕੰਮ ਦੇਖਿਆ ਸੀ ਟੀ ਵੀ 'ਤੇ, ਸਰ ਕਹਿੰਦੇ ਮੈਨੂੰ ਤੇਰੀ ਫਿਲਮ ਲੱਗੀ ਹੋਈ ਸੀ ਬੇਟਾ ਟੀ ਵੀ 'ਤੇ, ਸੋ ਮੈਨੂੰ ਬਹੁਤ ਅੱਛੀ ਲੱਗੀ ਆ, ਅਤੇ ਆਹ ਫਿਲਮ ਅਸੀਂ ਕਰ ਰਹੇ ਹਾਂ, ਗੁਲਾਬ ਕੌਰ ਕਰ ਰਹੇ ਹਾਂ। ਸੋ ਮੇਰੀ ਜਰਨੀ, ਚਲੋ ਘੱਟ ਫਿਲਮਾਂ ਨੇ, ਪਰ ਇਹ ਹੈ ਕਿ ਹਰ ਫਿਲਮ ਦੇ ਵਿੱਚ ਮੈਨੂੰ ਕੁਝ ਸਿੱਖਣ ਨੂੰ ਮਿਲਿਆ, ਅਤੇ ਮੇਰੀ ਜਰਨੀ ਬਹੁਤ ਸੋਹਣੀ ਰਹੀ ਹੈ।